ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਵਿਆਹ ਇੱਕ ਐਸੀ ਚੀਜ਼ ਹੈ ਕਿ ਜਿਸਦਾ ਹਰ ਬੰਦੇ ਨੂੰ ਬਹੁਤ ਚਾਅ ਹੁੰਦਾ ਹੈ, ਪਰ ਜੇ ਸੁਹਾਗ ਰਾਤ 'ਤੇ ਹੀ ਕੁਝ ਇੱਦਾਂ ਦਾ ਹੋ ਜਾਵੇ ਕਿ ਲਾੜਾ ਆਪਣੇ ਆਪ ਨੂੰ ਫਾਹ ਲਾ ਲਵੇ ਤਾਂ ਸੋਚੋ ਉਸ ਸਮੇਂ ਕੀ ਬਣਦਾ ਹੈ। ਦੋਸਤੋ, ਅੱਜ ਅਸੀਂ ਐਸੀ ਘਟਨਾ ਦੱਸਾਂਗੇ ਜੋ ਗੜ੍ਹ ਸ਼ੰਕਰ ਵਿੱਚ ਵਾਪਰੀ, ਜਿੱਥੇ ਸੁਹਾਗ ਰਾਤ 'ਤੇ ਹੀ ਲਾੜੇ ਨੇ ਲਾੜੀ ਦੀਆਂ ਗੱਲਾਂ ਸੁਣ ਕੇ ਫਾਹ ਲਾ ਲਿਆ। ਦੋਸਤੋ, ਇਹ ਗੜ੍ਹ ਸ਼ੰਕਰ ਦੇ ਮੁੰਡੇ ਦਾ ਵਿਆਹ ਹੁਸ਼ਿਆਰਪੁਰ ਦੀ ਕੁੜੀ ਨਾਲ ਹੋਣਾ ਤੈਅ ਹੋਇਆ। ਕੁੜੀ ਪੂਰੀ ਤਰ੍ਹਾਂ ਘਰੇਲੂ ਸੀ, ਉਸਨੇ ਬਿਨਾਂ ਦੇਖੇ ਹੀ ਘਰਦਿਆਂ ਦੇ ਕਹਿਣ 'ਤੇ ਮੁੰਡੇ ਨੂੰ ਹਾਂ ਕਰ ਦਿੱਤੀ ਅਤੇ ਘਰਦਿਆਂ ਨੇ ਵਿਆਹ ਰੱਖ ਦਿੱਤਾ। ਵਿਆਹ ਵਾਲੇ ਦਿਨ ਸਭ ਕੁਝ ਠੀਕ ਚੱਲਦਾ ਰਿਹਾ ਅਤੇ ਸੁਹਾਗ ਰਾਤ ਲਈ ਗੜ੍ਹ ਸ਼ੰਕਰ ਵਿੱਚ ਹੋਟਲ ਬੁੱਕ ਕੀਤਾ ਹੋਇਆ ਸੀ। ਲਾੜੀ ਜਦੋਂ ਕਮਰੇ ਵਿੱਚ ਪਹੁੰਚੀ ਤਾਂ ਕਮਰਾ ਪੂਰਾ ਸਜਾਇਆ ਹੋਇਆ ਸੀ, ਸੁਹਾਗ ਰਾਤ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਲਾੜੇ ਨੇ ਕਮਰੇ ਵਿੱਚ ਆ ਕੇ ਲਾੜੀ ਦਾ ਘੁੰਡ ਚੱਕਿਆ ਤਾਂ ਲਾੜੀ ਨੇ ਵੀ ਜਦੋਂ ਲਾੜੀ ਨੂੰ ਦੇਖਿਆ ਤਾਂ ਲਾੜੀ ਇੱਕਦਮ ਹੱਕੀ ਬੱਕੀ ਰਹਿ ਗਈ ਅਤੇ ਉਸ ਸਮੇਂ ਉਹ ਘਟਨਾ ਵਾਪਰੀ ਕਿ ਇਸਨੇ ਲਾੜੇ ਦੀ ਜਾਨ ਲੈ ਲਈ। ਦੋਸਤੋ, ਜਦੋਂ ਲਾੜੀ ਨੇ ਲਾੜੇ ਨੂੰ ਵੇਖਿਆ ਤਾਂ ਉਸਨੂੰ ਧੱਕਾ ਦੇ ਕੇ ਪਰਾਂ ਕਰ ਦਿੱਤਾ ਅਤੇ ਕਹਿੰਦੀ, ਤੇਰਾ ਤਾਂ ਰੰਗ ਹੀ ਬਹੁਤ ਕਾਲਾ ਹੈ, ਤੂੰ ਬਹੁਤ ਬੇਸੂਰਤ ਹੈ, ਮੈਂ ਨਹੀਂ ਤੇਰੇ ਨਾਲ ਰਹਿਣਾ। ਉਸ ਸਮੇਂ ਦੋਨਾਂ ਵਿੱਚ ਇੰਨੀ ਤਕਰਾਰ ਹੋਈ ਕਿ ਲਾੜੇ ਨੇ ਗੁੱਸੇ ਵਿੱਚ ਆਪਣੀ ਜਾਨ ਲੈ ਲਈ ਅਤੇ ਫਾਹ ਲਾ ਲਿਆ। ਕੁੜੀ ਨੇ SHO ਦੇ ਪੁੱਛਣ 'ਤੇ ਵੀ ਦੱਸਿਆ ਕਿ ਪਹਿਲਾਂ ਮੈਂ ਲੜਕੇ ਨੂੰ ਕਦੇ ਨਹੀਂ ਦੇਖਿਆ ਕਿਉਂਕਿ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਕਰਦੀ ਹਾਂ, ਪਰ ਮੇਰੇ ਮਾਂ ਬਾਪ ਨੇ ਇੱਕ ਬੇਸੂਰਤ ਮੁੰਡੇ ਨਾਲ ਮੈਨੂੰ ਲੜ ਬੰਨ੍ਹ ਦਿੱਤਾ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ, ਅਤੇ ਮੈਂ ਮੂੰਹ 'ਤੇ ਕਹਿ ਦਿੱਤਾ, ਅਤੇ ਜਿਸ ਦੀ ਵਜ੍ਹਾ ਨਾਲ ਲਾੜੇ ਨੇ ਫਾਹ ਲਾ ਕੇ ਆਪਣੀ ਜਾਨ ਦੇ ਦਿੱਤੀ। ਦੋਸਤੋ, ਮੈਂ ਇਹੀ ਕਹਾਂਗਾ ਕਿ ਇਹੋ ਜਿਹਾ ਕਦਮ ਚੁੱਕਣ ਤੋਂ ਚੰਗਾ ਹੈ ਕਿ ਤੁਸੀਂ ਪਹਿਲਾਂ ਹੀ ਇੱਕ ਦੂਜੇ ਦੀ ਫੋਟੋ ਦੇਖ ਕੇ ਹਾਂ ਕਰੋ ਤਾਂ ਕਿ ਬਾਅਦ ਵਿੱਚ ਕਿਸੇ ਦੀ ਜ਼ਿੰਦਗੀ ਨਾ ਬਰਬਾਦ ਹੋਵੇ। ਵਿਆਹ ਤਾਂ ਦੋ ਰੂਹਾਂ ਦਾ ਮੇਲ ਹੈ, ਇੱਕ ਪਵਿੱਤਰ ਰਿਸ਼ਤਾ ਹੈ, ਇਸ ਨੂੰ ਪਵਿੱਤਰਤਾ ਨਾਲ ਹੀ ਨਿਭਾਉਣਾ ਚਾਹੀਦਾ ਹੈ। ਪੰਜਾਬ ਦੀ ਹੋਰ ਨਵੀਂ ਜਾਣਕਾਰੀ ਲੈਣ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ ਕਰੋ ਜੀ। ਧੰਨਵਾਦ।